ਵੀ ਤੇ ਮੈਂ ਹਾ ਪ੍ਰਿੰਸ ਨਿਆਲ ਇਸ ਦਿ ਅਹਿਮ ਖਬਰ ਆ ਰਹੀ ਹੈ ਸਹਿਜਪ੍ਰੀਤ ਨੂੰ ਲੈ ਕੇ ਸਹਿਜਪ੍ਰੀਤ ਦੀ ਮੌਤ ਬਾਅਦ ਉਹਨਾਂ ਦੇ ਤਾਇਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਆਖਰ ਕਿਉਂ ਸਹਿਜਪ੍ਰੀਤ ਨੂੰ ਮਾਰਿਆ ਹਾਲਾਂਕਿ ਕੈਮਰੇ ਦੇ ਅੱਗੇ ਉਹਨਾਂ ਨੇ ਤਾਂ ਉਹ ਬਿਆਨ ਨਹੀਂ ਬੋਲਿਆ ਜਿਸ ਕਰਕੇ ਉਸਨੇ ਸਹਿਜਪ੍ਰੀਤ ਨੂੰ ਮਾਰਿਆ ਪਰ ਪੁਲਿਸ ਦੇ ਪੁੱਛਗਿੱਛ ਦੌਰਾਨ ਵੱਡਾ ਖਲਾਸਾ ਹੋਇਆ ਤੁਹਾਨੂੰ ਦੱਸ ਦਈਏ ਕਿ ਸਹਿਜਪ੍ਰੀਤ ਦੇ ਕਤਲ ਦਾ ਕਾਰਨ ਪਰਿਵਾਰ ਚ ਫੁੱਟ ਦੱਸੀ ਜਾ ਰਹੀ ਸੀ ਔਰ ਤਾਇਆ ਸਰਵਨ ਸਿੰਘ ਨੇ ਸਵਰਨ ਸਿੰਘ ਨੇ ਪੁਲਿਸ ਨੂੰ ਸਹਿਜਪ੍ਰੀਤ ਦੇ ਮੌਤ ਦਾ ਕਾਰਨ ਦੱਸਿਆ ਕਿ ਸਹਿਜਪ੍ਰੀਤ ਦੀ ਮਾਂ ਉਸ ਨੂੰ ਹਮੇਸ਼ਾ RAMMU ਕਹਿ ਕੇ ਬੁਲਾਉਂਦੀ ਸੀ ਉਸ ਨੂੰ RAMMU ਸੁਣਨਾ ਬਿਲਕੁਲ ਵੀ ਪਸੰਦ ਨਹੀਂ ਸੀ ਮਾਂ ਤੋਂ ਬਦਲਾ ਲੈਣ ਲਈ ਸਹਿਜਪ੍ਰੀਤ ਦਾ ਕਤਲ ਉਸਨੇ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਕਹੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨ ਪਹਿਲਾਂ ਅਸਹਿਜ ਪ੍ਰੀਤ ਘਰ ਤੋਂ ਲਾਪਤਾ ਸੀ ਉਸ ਦੀ ਪਾਲ ਪਰਿਵਾਰ ਲਗਾਤਾਰ ਕਰ ਰਿਹਾ ਸੀ ਪਰ ਅੱਜ ਤੜਕਸਾਰ ਦਰਾਹਾ ਨਹਿਰ ਦੇ ਵਿੱਚੋਂ ਉਸ ਦੀ লাশ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਸਾਰੀ ਪੁੱਛਗਿੱਛ ਦੇ ਵਿੱਚ ਸਾਹਮਣਾ ਮਾਮਲਾ ਆਇਆ ਕਿ ਤਾਏ ਨੇ ਇਹ ਸਾਰਾ ਜਿਹੜੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ ਸਾਜ਼ਿਸ਼ ਨੂੰ ਅੰਜਾਮ ਕਿ ਦਿੱਤਾ ਹਾਲਾਂਕਿ ਮੈਂਟਲੀ ਅਫਸਰਡ ਲੱਗਦਾ ਪਿਆ ਇਸ ਦਾ ਤਾਇਆ ਕਿਉਂਕਿ 4 ਸਾਲ ਪਹਿਲਾਂ ਇਸਦੇ ਦਿਮਾਗ ਦਾ ਆਪਰੇਸ਼ਨ ਹੋਇਆ ਦੱਸਿਆ ਜਾ ਰਿਹਾ ਹੈ ਸਵਰਨ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਨੇ ਆਪਣੇ ਜਿਹੜੇ بیٹے ਨੂੰ ਇਸ ਕਰਕੇ ਭਤੀਜੇ ਨੂੰ ਇਸ ਕਰਕੇ ਤੱਕਾ ਮਾਰ ਦਿੱਤਾ ਕਿ ਉਸ ਦਾ ਘਰ ਦੇ ਨਾਲ ਆਪਸੀ ਵੈਰ ਸੀ ਪਹਿਲਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਵੀ ਗੱਲ ਸਾਹਮਣੇ ਆ ਰਹੀ ਸੀ ਹਾਲਾਂਕਿ ਉਹ ਵੀ ਗੱਲ ਕਿਤਨਾ ਕਿਤੇ ਵਾਜਬ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਫੁੱਟ ਇਹਨਾਂ ਦੇ ਵਿੱਚ ਸੀਗੀ ਹਾਲ ਔਰ ਸਹਿਜਪ੍ਰੀਤ ਦੇ ਪਿਤਾ ਔਟੋ ਚਲਾਉਂਦੇ ਸੀ ਘਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਘਰ ਦੇ ਵਿੱਚਕਾਰ ਕੰਦ ਵੀ ਕਰ ਦਿੱਤੀ ਸੀ ਪਰ ਬੀਤੇ ਦਿਨ ਪਹਿਲਾਂ ਸਹਿਜਪ੍ਰੀਤ ਦਾ ਪਿਤਾ ਉਸ ਨੂੰ ਸਕੂਟਰ ਤੇ ਬਿਠਾ ਕੇ ਲੈ ਜਾਂਦਾ ਔਰ ਗੁਰਦੁਆਰੇ ਪਹਿਲਾਂ ਮੱਥਾ ਟੇਕ ਕੇ ਉਸ ਤੋਂ ਬਾਅਦ ਉਸ ਨੂੰ ਨਹਿਰ 'ਚ ੱਟਾ ਮਾਰਦਾ ਪੁਲਿਸ ਵਾਲੋਂ ਤਾਂ ਇਹਨੂੰ ਪੁੱਛ ਕੇ ਚ ਲਗਾਤਾਰ ਕੀਤੀ ਜਾ ਰਹੀ ਸੀ ਪਰ ਇਨਕਾਰ ਸਹਿਜਪ੍ਰੀਤ ਦਾ ਤਾਇਆ ਕਰ ਰਿਹਾ ਸੀ ਕਿ ਉਸਨੇ ਕੁਝ ਨਹੀਂ ਕੀਤਾ ਹੈ ਉਸਨੇ ਨਹੀਂ ਪਤਾ ਕਿ ਸਹਿਜਪ੍ਰੀਤ ਕਿੱਥੇ ਆ ਉਹ ਖੁਦ ਉਸ ਨੂੰ ਲੱਭ ਰਿਆ ਨੇ ਪਰ ਕੜੀ ਪੁੱਛਗਛ ਤੋਂ ਬਾਅਦ ਖੁਲਾਸੇ ਸਾਹਮਣੇ ਹੋਏ ਨੇ ਕਿ ਸਹਿਜਪ੍ਰੀਤ ਦਾਇ ਨਹੀਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਕੈਮਰੇ ਦੇ ਅੱਗੇ ਉਹ ਸਿੱਧਾ ਇਨਕਾਰ ਕਰਦੇ ਹੋਏ ਕਹਿੰਦੇ ਆ ਕਿ ਮੈਂ ਤਾਂ ਕਾ ਨਹੀਂ ਦਿੱਤਾ ਉਹ ਪਿੱਛੋਂ ਡਿੱਗ ਗਿਆ ਨਹਿਰ ਦੇ ਵਿੱਚ ਸਕੂਟਰ ਦੇ ਪਿੱਛੇ ਬੈਠਾ ਤਾਂ ਕੀ ਐਸਟ ਤੁਸੀਂ ਕਹਿ ਸਕਦੇ ਹੋ ਕਿਵੇਂ ਦੇਖਦੇ ਹੋ ਸਾਰੀ ਕਟਨਾ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਇੱਥੇ ਕਹੀ ਜਾ ਸਕਦੀ ਹੈ ਕਿ ਸਹਿਜਪ੍ਰੀਤਤਾਏ ਨੇ ਵੱਡਾ ਕਾਰਾ ਕੀਤਾ ਇਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਨੇ ਪੂਰੇ ਪੰਜਾਬ ਨੂੰ ਪੂਰੇ ਮੁਲਕ ਦੇ ਵਿੱਚ ਪੰਜਾਬੀਆਂ ਨੂੰ ਵਸਤੀਆਂ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਜੋੜ ਕੇ ਰੱਖ ਦਿੱਤਾ ਹੈ ਕਿ ਇੱਕ ਤਾਇਏ ਨੇ ਅਜੀਹੀ ਕਰਤੂਤ ਕੀਤੀ ਜਿਸ ਦੇ ਨਾਲ ਇਨਸਾਨੀਅਤ ਇੱਕ ਵਾਰ ਫਿਰ ਤੋਂ ਦਾਗਦਾਰ ਹੋ ਗਈ ਹੈ ਇਨਸਾਨੀਅਤ ਮਰਨ ਵਾਲੀ ਹੋ ਗਈ ਹੈ ਕਿ ਹੁਣ ਕਿਸੇ ਤੋਂ ਵੀ ਭਰੋਸਾ ਨਹੀਂ ਰਿਹਾ ਸਹਿਜਪ੍ਰੀਤ ਇੱਕ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਸੀ ਉਸ ਨੂੰ ਇਸ ਪਰਿਵਾਰ ਦੀ ਫੁੱਟ ਦੇ ਉੱਤੇ ਭੇਂਟ ਚੜਨਾ ਸੀ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਅਜਿਹਾ ਕਾਰਾ ਹੋ ਜਾਣਾ ਹੈ ਕਿ ਉਸ ਦਾ ਤਾਇਏ ਨੇ ਉਸ ਨੂੰ ਹੀ ਮਾਰ ਦੇਣਾ ਹੈ ਤਾਇਦੇ ਉਤੇ ਭਰੋਸਾ ਕਰਕੇ ਤਾਇਦੇ ਨਾਲ ਪਿਆਰ ਇੰਨਾ ਸੀ ਕਿ ਸਕੂਟਰ ਦੇ ਵਿੱਚ ਪਿੱਛੇ ਬੈਠ ਕੇ ਉੱਥੋਂ ਚਲਾ ਜਾਂਦਾ ਪਰ ਉਸ ਤੋਂ ਬਾਅਦ ਉਸ ਦੇ ਨਾਲ ਇਹ ਕਾਰਾ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਇਸ ਵਕਤ ਸਹਿਮ ਦੇ ਮਾਹੌਲ ਚ ਬਣਿਆ ਹੋਇਆ ਕਿ ਉਹਨਾਂ ਨਾਲੇ ਕੀ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਬਹੁਤ ਲਾਡਾ ਨਾਲ ਪਾਲਿਆ ਸਹਿਜ ਲਗਭਗ 8 ਸਾਲ ਬਾਅਦ ਦੋ ਭੈਣਾਂ ਮਗਰੋਂ ਦੁਆਵਾਂ ਦੇ ਨਾਲ ਪੈਦਾ ਹੋਇਆ ਇਸ ਘਰ ਦੇ ਵਿੱਚ ਘਰ ਦਾ ਚਿਰਾਗ ਸੀਗਾ ਉਸ ਦੇ ਪਿਤਾ ਓਟੋ ਚਲਾਉਂਦੇ ਸੀਗੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸਹਿਜ ਸਹਿਜ ਦੇ ਨਾਲ ਇਹ ਹਾਦਸੇ ਤੋਂ ਬਾਅਦ ਕਾਫੀ ਗੱਲਾਂ ਸਾਹਮਣੇ ਆਈਆਂ ਕਿ ਤਾਈ ਨੇ ਇਸ ਕਰਕੇ ਤੱਕਾ ਮਾਰਿਆ ਕਿ ਉਸ ਦੀ ਮਾਂ ਉਸ ਨੂੰ ਰਾਮੂ ਕਹਿ ਕੇ ਬੁਲਾਉਂਦੀ ਸੀ ਜੋ ਕਿ ਉਸ ਨੂੰ ਪਸੰਦ ਨਹੀਂ ਸੀ ਹਾਲਾਂਕਿ ਇਸ ਦੇ ਉੱਤੇ ਕਿੰਨੀ ਸੱਚਾਈ ਹੈ ਇਸ ਨੂੰ ਲੈ ਕੇ ਜਗ ਬਣੀ ਇਸ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਜੋ ਖਬਰਾਂ ਸੂਤਰਾਂ ਤੋਂ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਕਿ ਇਸ ਕਰਕੇ ਸਹਿਜਪ੍ਰੀਤ ਦਾ ਕਤਲ ਕਰ ਦਿੱਤਾ ਔਰ ਜ਼ਮੀਨੀ ਵਿਵਾਦ ਨੂੰ ਲੈ ਕੇ ਕਾਫੀ ਸਮੇਂ ਤੋਂ ਫੁੱਟ ਚੱਲ ਰਹੀ ਸੀ ਤਾਂ ਇਕਲੌਤਾ ਪ੍ਰਾ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਔਰ ਇਸ ਦੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਅਹਿਮ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਔਰ ਪੂਰੇ ਇਲਾਕੇ ਦੇ ਲੋਕ ਕਿਤਨਾ ਕਿਤੇ ਇਹ ਜ਼ਰੂਰ ਕਹਿ ਰਹੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਖੁਦ ਸ਼ਰਮ ਆਣ ਲੱਗੀ ਹੈ ਅਜਿਹੀ ਹਰਕਤ ਨੂੰ ਵੇਖ ਕੇ ਅਜਿਹੀ ਹਰਕਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤਾਂ तमाम ਜਾਣਕਾਰੀ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਤੱਕਾ ਮਾਰ ਕੇ ਨਹਿਰ ਦੇ ਵਿੱਚ ਡੋਬ ਦਿੱਤਾ ਜਿਸ ਤੋਂ ਬਾਅਦ ਸਹਿਜਪ੍ਰੀਤ ਦੀ ਮੌਤ ਹੋ ਜਾਂਦੀ ਹੈ 2 ਦਿਨ ਤੋਂ ਲਾਪਤਾ ਸੀਗਾ 7 ਸਾਲਾਂ ਸਹਿਜਪ੍ਰੀਤ ਦਾ ਸ਼ਵਜ ਜਦੋਂ ਸਵੇਰੇ ਮਿਲਦਾ ਉਸ ਤੋਂ ਬਾਅਦ ਕਈ ਖੁਲਾਸੇ ਤਾਇਆ ਸਵਰਨ ਸਿੰਘ ਵੱਲੋਂ ਕੀਤੇ ਜਾਂਦੇ ਆ 7 ਸਾਲਾਂ ਸਹਿਜਪ੍ਰੀਤ 2 ਦਿਨ ਪਹਿਲਾਂ ਤਾਇਆ ਸਵਰਨ ਸਿੰਘ ਦੇ ਨਾਲ ਜਲੰਧਰ ਬਾਈਪਾਸ ਤੇ ਫਰੂਟ ਲੈਨ ਗਿਆ ਪਰ ਵਾਪਸ ਨਹੀਂ ਆਇਆ ਪੁਲਿਸ ਸ਼ੁਰੂ ਤੋਂ ਹੀ ਮਾਮਲੇ ਨੂੰ ਮਾਮਲੇ ਦੇ ਵਿੱਚ ਤਾਏ ਨੂੰ ਸੰ nghiਗਤ ਮੰਨ ਰਹੀ ਸੀ ਇਸ ਲਈ ਪਿੱਛੇ ਇਸ ਲਈ ਬੱਚੇ ਬਾਰੇ ਤਾਏ ਨੂੰ ਪੁੱਛਿਆ ਗਿਆ ਪਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪਰ ਉਦੋਂ ਇਨਕਾਰ ਕਰਦਾ ਰਿਹਾ 2 ਦਿਨ ਤੋਂ ਪੁਸ਼ ਦੀਸ਼ ਕੀਤੀ ਜਾ ਰਹੀ ਸੀ ਸ਼ੁਰੂ ਦੇ ਵਿੱਚ ਸਵਰਨ ਸਿੰਘ ਨੇ ਇਸ ਇਸ ਗੱਲ ਤੋਂ ਪੱਲਾ ਛੱਡ ਦਿੱਤਾ ਸੀ ਕਿ ਸਹਿਜਪ੍ਰੀਤ ਕਿੱਥੇ ਗਿਆ ਉਸ ਨੂੰ ਨਹੀਂ ਪਤਾ ਲੇਕਿਨ ਲੰਮੀ ਪੁੱਛਗਛ ਤੋਂ ਬਾਅਦ ਉਹ ਇਸ ਤੋਂ ਟੁੱਟ ਜਾਂਦਾ ਔਰ ਆਪਣਾ ਗੁਨਾਹ ਕਬੂਲ ਕਰ ਲੈਂਦਾ ਸਵਰਨ ਸਿੰਘ ਦੀ ਨਿਸ਼ਾਨਦੇਹੀ ਤੋਂ ਬਾਅਦ ਰਵੀਵਾਰ ਯਾਨੀ ਕਿ ਐਤਵਾਰ ਅਜ ਤੜਕੇ ਗਿਲ ਨਹਿਰ ਦੇ ਕੋਲ ਸਹਿਜਪ੍ਰੀਤ ਦੀ ਬਾਡੀ ਮਿਲਦੀ ਆ ਔਰ ਬੱਚੇ ਦੀ ਬਾਡੀ ਨੂੰ ਮਿਲਣ ਤੋਂ ਬਾਅਦ ਪਰਿਵਾਰ ਦੇ ਸਦਸਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਨ ਦੱਸਦੀ ਕਿ ਪਹਿਲਾਂ ਸਹਿਜਪ੍ਰੀਤ ਦੇ ਪਰਿਵਾਰ ਨੇ ਪੁਲਿਸ ਤੋਂ ਬੇਵਜਾ ਤੰਗ ਕਰਨੇ ਵਾਲੇ ਬੱਚੇ ਨੂੰ ਲੱਭ ਕੇ ਵਾਲੇ ਆਰੋਪ ਲਗਾਏ ਸੀ ਕਿ ਉਸ ਦੇ ਬੱਚੇ ਨੂੰ ਲੱਭ ਨਹੀਂ ਰਿਹਾ ਮਰਡਰ ਦੀ ਵਜ੍ਹਾ ਦੱਸੀ ਹੈ ਸਵਰਨ ਸਿੰਘ ਨੇ ਪੁਲਿਸ ਤਾਂ ਪੁਲਿਸ ਨੂੰ ਪੁੱਛ ਕੇ ਇਸ ਦੌਰਾਨ ਦੱਸਿਆ ਕਿ ਸਹਿਜਪ੍ਰੀਤ ਦੇ ਕਤਲ ਦੀ ਵਜ੍ਹਾ ਕੀ ਬਣੀ ਹੈ ਸਵਰਨ ਸਿੰਘ ਨੇ ਅਨੁਸਾਰ ਸਹਿਜਪ੍ਰੀਤ ਦੀ ਮਾਂ ਉਸ ਨੂੰ ਹਮੇਸ਼ਾ ਰਾਮੂ ਕਹਿ ਕੇ ਬੁਲਾਉਂਦੀ ਸੀ ਰਾਮੂ ਕਹਿਣਾ ਉਸ ਨੂੰ ਬਿਲਕੁਲ ਸੁਣਨਾ ਪਸੰਦ ਨਹੀਂ ਸੀ ਇਸ ਗੱਲ ਨੂੰ ਲੈ ਕੇ ਉਹਦੀ ਗੱਲ ਦਿਮਾਗ 'ਚ ਬੈ ਗਈ ਔਰ ਸਹਿਜਪ੍ਰੀਤ ਦੀ ਮਾਂ ਤੋਂ ਬਦਲਾ ਲੈਣ ਲਈ ਉਸਨੇ ਉਸਦੇ ਮੌਤ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਹਿਦਪ੍ਰੀਤ ਨੂੰ ਅਬਦੁੱਲਾਪੁਰ ਦਾ ਰਹਿਣ ਵਾਲਾ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਇਹ ਦੱਸਿਆ ਕਿ ਸਹਿਦਪ੍ਰੀਤ ਦੀ ਬਾਡੀ ਨਹਿਰ ਦੇ ਜਿਹੜੇ ਪੇੜਾਂ ਦੇ ਵਿੱਚ ਫਸੀ ਹੋਈ ਸੀ ਔਰ ਉਸ ਦੇ ਜਿਹੜੇ ਤਾਇਆ ਸਵਰਨ ਸਿੰਘ ਦੀ ਕਈ ਜਗ੍ਹਾ ਫੁਟੇਜ ਸਾਹਮਣੇ ਆਈ ਹੈ ਸਵਰਨ ਸਿੰਘ ਸਹਿਦਪ੍ਰੀਤ ਨੂੰ ਲੈ ਕੇ ਸਤਲੁਜ ਦਰਿਆ ਤੱਕ ਗਿਆ ਇੱਕ ਗੁਰਦੁਆਰੇ ਕੋਲ ਸੀਸੀਟੀਵੀ ਕੈਮਰੇ ਵਿੱਚ ਦੋਨੋਂ ਅਨਜ਼ਰ ਵੀ ਆਏ ਨੇ ਪੁਲਸੂਤਰਾ ਅਨੁਸਾਰ ਸਹਿਜਪ੍ਰੀਤ ਗਾਇਬ ਹੋਣ ਤੋਂ ਬਾਅਦ ਇਹੋ ਜੀ ਕਈ ਚੀਜ਼ਾਂ ਸੀ ਜਿਸ ਦੀ ਆਵਾਜ਼ ਨਾਲ ਸ਼ੱਕ ਸਿੱਧਾ ਤਾਏ ਦੇ ਉੱਤੇ ਗਿਆ ਜਿਵੇਂ ਹੀ ਬੱਚੇ ਦੀ ਸਾਈਕਲ ਵਿੱਚ ਸੜਕ ਲਵਾਰਸ ਪਾਈ ਗਈ ਤਾਂ ਉਸ ਤੋਂ ਬਾਅਦ ਉਹ ਉਹ ਪਤਾ ਇਹ ਲੱਗਾ ਕਿ ਉਹ ਤਾਏ ਦੇ ਨਾਲ ਗਿਆ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਕੀ ਖੁਲਾਸਾ ਹੋਇਆ ਤੁਹਾਡੇ ਨਾਲ ਤਮਾਮ ਜਾਣਕਾਰੀ ਅਸੀਂ ਲਗਾਤਾਰ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਤਾਏ ਨੇ ਹੀ ਸਾਰਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਏ ਦੇ ਨਾਲ ਉਹ ਜਾਂਦਾ ਹੈ ਔਰ ਤਾਇਆ ਉਸ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੰਦਾ ਹੈ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਤਾਇਏ ਨੇ ਇਹ ਸਾਰੀ ਕਰਤੂਤ ਨੂੰ ਅੰਜਾਮ ਦਿੱਤਾ ਔਰ ਤਾਇਏ ਨੇ ਇਸ ਵਾਰਦਾਤ ਵੇਲੇ ਜਿਹੜੀ ਗੱਲ ਕਹੀ ਹੈ ਜਿਹੜੀ ਗੱਲ ਉਸ ਨੇ ਕਬੂਲੀ ਹੈ ਕਿ ਉਹ ਸਹਿਜਪ੍ਰੀਤ ਦੀ ਮਾਦ ਨਾਲ ਉਸ ਦਾ ਵੈਰ ਸੀਗਾ ਜੋ ਉਸ ਨੂੰ ਵਾਰ-ਵਾਰ ਰਾਮੂ ਕਹਿ ਕੇ ਬੁਲਾਉਂਦੀ ਸੀ ਜਿਸ ਤੋਂ ਬਾਅਦ ਸਾਰੀ ਵਾਰਦਾਤ ਨੂੰ ਅੰਜਾਮ ਇਹ ਦਿੱਤਾ ਗਿਆ ਹੈ ਤਾਂ ਇਸ ਤੋਂ ਪਹਿਲਾਂ ਗੱਲਬਾਤ ਸੁਣਦੇ ਆ ਉਸ ਦੇ ਤਾਏ ਨੇ ਕੀ ਬਿਆਨ ਦਿੱਤਾ ਹੈ ਉਹ ਤੁਹਾਡੇ ਨਾਲ ਸੁਣੋਣਿਆ ਫਿਰ ਤੁਹਾਡੇ ਨਾਲ ਸਾਰੀ ਜਾਣਕਾਰੀ ਲਗਾਤਾਰ ਅਸੀਂ ਸਾਂਝੀ ਕਰਦੇ ਰਾਂਗੇ ਫੋਨ ਵਿੱਚ ਗੱਲ ਹੋਏ ਕਿਉਂਕਿ ਹੋਇਆ ਕੀ ਸੀ ਬਸ ਮੈਂ ਕਿਹਾ ਮੇਰੇ ਮੋਟਰਸਾਈਕਲ ਤੂੰ ਮਰਿਆ ਸੀਗਾ ਕੋਈ ਪਛਤਾਵਾ ਨਹੀਂ ਫੋਨ ਪਿੱਛੇ ਕਰ ਲੋ ਭਾਈ ਫੋਨ ਪਿੱਛੇ ਕਰੋ ਯਾਰ ਪਛਤਾਵਾ ਨਹੀਂ ਕੋਈ ਡਰ ਨਹੀਂ ਬਹੁਤ ਪਛਤਾਵਾ ਬਹੁਤ ਡਰ ਜੀ ਫੋਨ ਪਿੱਛੇ ਕਰ ਦੇ ਕਿਉਂਕਿ ਹੋਇਆ ਕੀ ਸੀ ਬਸ ਮੈਂ ਕਿਹਾ ਮੇਰੇ ਮੋਟਰਸਾਈਕਲ ਤੇ ਬੈਠਾ ਆਪਾਂ ਚੱਲੀਏ ਅੱਛਾ ਤੇ ਕਹਿੰਦਾ ਪਪਾ ਮੈਂ ਬੈਠ ਗਿਆ ਮੈਂ ਬਸ ਤੁਰ ਪਿਆ ਮੈਂ ਦੇਖਿਆ ਤੇ ਉੱਥੇ ਹੀ ਪਿੱਛੋਂ ਡਿੱਗ ਪਿਆ ਮੈਂ ਆਪ ਨਹੀਂ ਮਰਿਆ ਅੱਛਾ ਪਪਾ ਇਹ ਨਾਲ ਤੇ ਡਿੱਗ ਪਿਆ ਭਾਈ ਨਹੀਂ ਤੇ ਨਾਲੇ ਛਾਈਦਾ ਤੂੰ ਕਿੱਥੇ ਰੱਖਿਆ ਤੈਨੂੰ ਘਰ ਦੇ ਕੁਛ ਦੇ ਰਹੇ ਵੀ ਕਿੱਥੇ ਹੈ ਬੱਚਾ ਤੂੰ ਦੱਸਿਆ ਕਿਉਂ ਨਹੀਂ ਫੇਰ ਮੇਰੇ ਨਾਲ ਹੈ ਫੋਨ ਕਰਦੇ ਰਹੇ ਸਾਰੇ ਤੂੰ ਫੋਨ ਪਿੱਛੇ ਕਰ ਲੋ ਯਾਰ ਇਹ ਤ ਕਿਦਿ ਨੂੰ ਨਾ ਪਕਾਉਂ। ਅੱਛਾ। ਬਸ ਦੇਉ ਕ ਮੈਨੂੰ ਪਤਾ ਉੱਥੇ ਪੰਪ ਤੇ ਆ ਕੇ ਤੱਕਾ ਕਿਹਾ। ਇਹ ਤੱਕਾ ਕਿਉਂ ਹੁੰਦਾ? ਤੱਕਾ ਕਿਉਂ? ਅੱਛੀ ਆ ਜਾ ਯਾਰ। ਤੱਕਾ ਕਿਉਂ ਦਿੱਤਾ ਬੱਚੇ ਨੂੰ ਮਾਰਿਆ ਕਿਉਂ? ਤੱਕਾ ਮਾਨੀ ਤਾਂ ਆਪੇ ਦੇਖ ਪਿਆ। ਆਪੇ ਦੇਖ ਪਿਆ ਕਿ। ਕਹਿੰਦਾ ਨਹੀਂ ਠੀਕ ਆ। ਬੱਚਾ ਮਾਰ ਲ ਕੇ ਸ਼ਰਮ ਨਹੀਂ ਆਈ। ਇੱਕ ਸਾਡਾ ਜੁਆਗ ਹੈ ਜਿਸ ਨੂੰ ਮੈਂ ਮਾਰਿਆ। ਮੇਰਾ ਨਹੀਂ ਮਾਰਿਆ ਭਾਈ ਤੁਸੀਂ। ਉਹ ਕੋਈ ਕੋਣ ਗਰਦਾਰ ਲਿਆਂਦਾ ਨਹੀਂ। ਤੁਹਾਂ ਦਾ ਰੰਦਾ ਸੀ ਮਾਰਨ ਲੇ ਸ਼ਰਮ ਨਹੀਂ ਆਈ। ਨਹੀਂ ਮੈਂ ਨਹੀਂ ਮਾਰਿਆ। ਆਪੇ ਦਿਖਾ ਜੀ। ਪਿਤੀ ਆ ਤੇ ਅੱਤੇ ਕਿਹਨਾਂ ਦੌਰੰਦਾਂ ਪਿੱਛਾ ਮਾਰਿਆ ਪਛਤਾਵਾ ਹੈਗਾ ਬੋਲ ਰਿਹਾ ਉਹਦੋਂ ਨਹੀਂ ਲੱਗਿਆ ਪਛਤਾਵਾ ਹੈਗਾ ਹੁਣ ਬਹੁਤ ਪਛਤਾਵਾ ਹੈਗਾ ਬਹੁਤ ਪਛਤਾਵਾ ਮੇਰਾ ਭਤੀਜਾ ਹੀ ਮੇਰੀ ਜਾਨ ਸੀਗੀ ਉਹ ਉਹ ਤੁਹਾਡਾ ਭਰਾ ਕਹਿੰਦਾ ਕਿ ਇੱਕ ਵਾਰੀ ਮੈਨੂੰ ਦੱਸਿਆ ਕਿ ਕਿਉਂ ਮਾਰਿਆ ਤੁਹਾਡਾ ਭਰਾ ਕਹਿ ਰਿਹਾ ਹਾਂਜੀ ਕਹਿੰਦਾ ਮੇਰੇ ਕੋਈ ਕਸੂਰ ਕਰਦੇ ਆ ਕਿ ਮੈਂ ਕਹਾਂ ਉਹਨੂੰ ਮੈਂ ਪੁੱਛਿਆ ਮੈਂ ਕੋਈ ਮਾਰਿਆ ਸਿਰ ਧੱਕਾ ਨਹੀਂ ਮਾਰਿਆ ਉਹਨੂੰ